ਕੀ ਨਾਮ ਆ ਜੀ ਤੁਹਾਡਾ? ਸੁਲੱਖਣ ਕੁਮਾਰ। ਕਿੱਥੋਂ ਤੋਂ ਰਹਿਣ ਵਾਲੇ ਹੋ? ਕੁਕੜੂਗੜ੍ਹ। ਜਿਹੜੇ ਦੋ ਜਣੇ ਦੀ ਡੈਥ ਹੋਈ ਆ, ਕੀ ਲੱਗਦੇ ਨੇ ਤੁਹਾਡੇ ਜੀ? ਉਹ ਇੱਕ ਬੇਟਾ ਲੱਗਦਾ ਜੀ, ਇੱਕ ਭਾਣੀਆ ਲੱਗਦਾ। ਅਤੇ ਪਤਾ ਜੀ ਕੁਛ ਇਹਨਾਂ ਦੀ ਡੈਥ ਵੀ ਕਿਸ ਚਾਂਸ ਕਰਕੇ? ਕੋਈ ਨਸ਼ਾ ਨੁਸ਼ਾ ਕਰਦੇ ਸੀ ਜਾਂ ਕੀ? ਨਸ਼ਾ ਤਾਂ ਨਹੀਂ ਕਰਦੇ ਸੀਗੇ, ਬਸ ਪਿਗ ਪੁਗ ਜਾਂ ਬੀਅਰ ਬੂਰ ਪੀਂਦੇ ਸੀ ਵਿਆਹ ਸ਼ਾਦੀਆਂ 'ਚ, ਅਤੇ ਉਹ ਤਾਂ ਰਾਤ ਕਹਿ ਕੇ ਜੀ ਅਸੀਂ ਨੈਣਾ ਦੇਵੀ ਜਾਣਾ। ਕਿੰਨੀ 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 ਉਮਰ ਹੈ ਜੀ ਇਹਨਾਂ ਦੀ? ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ, ਮਤਲਬ 2000 ਦਾ ਜਨਮ ਇਹਨਾਂ ਦਾ। 24-25 ਸਾਲ ਦੀ ਉਮਰ ਹੈ? 24 ਸਾਲ ਦੀ ਉਮਰ। ਕੀ ਕੰਮ ਕੁੰਮ ਕੀ ਕਰਦੇ ਜੀ? ਕੰਮ ਮੇਰੇ ਨਾਲ ਹੀ ਮਕੈਨੀਕਲ ਦਾ ਕਰਦੇ ਸੇਵਾ 'ਚ, ਸੇਵਾ ਕੰਪਨੀ 'ਚ। ਵਿਆਹੇ ਹੋਏ ਨੇ ਇੱਕ ਕੁਆਰੇ ਆ ਜੀ? ਇੱਕ ਵਿਆਹਿਆ ਹੋਇਆ ਦੀਪਕ ਕੁਮਾਰ, ਅਤੇ ਵਿਜੇ ਕੁਮਾਰ ਆ, ਅਨਮੈਰਿਡ। ਅਨਮੈਰਿਡ ਆ ਜੀ। ਕੋਈ ਨਸ਼ਾ ਪੱਤਾ ਨਹੀਂ ਕਰਦੇ ਹੈਗੇ? ਅਤੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ 'ਤੇ? ਹਾਂਜੀ, ਜਦ ਹੀ ਪਹੁੰਚ ਗਈ ਪੁਲਿਸ ਪ੍ਰਸ਼ਾਸਨ। ਕਿਸੇ ਉੱਤੇ ਤੁਹਾਨੂੰ ਸ਼ੱਕ ਸ਼ੁੱਕ ਹੈਗੀ ਆ ਕੋਈ ਵੀ ਜਾਂ ਕਿਸੇ ਕੋਈ ਗੱਲਬਾਤ? ਕੀ ਨਾਮ ਆ ਬਾਈ ਜੀ? ਮੇਰਾ ਜਸਪਾਲ ਸਿੰਘ ਆ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਲੋਕਲੀ ਮਛੋੜਾ ਸਾਹਿਬ ਤੋਂ ਜੀ। ਬਾਈ ਜੀ, ਇਹ ਜਗ੍ਹਾ ਤੁਹਾਡੀ ਆ ਜਿੱਥੇ ਦੋ ਡੈੱਡ ਬੋਡੀਆਂ ਮਿਲਦੀਆਂ? ਇਹ ਜਗ੍ਹਾ ਵੀਰੇ ਮੇਰੀ ਆ, ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ। ਇਹ ਸਾਰਾ ਚਾਬੀ ਚੁਬੀ ਇਹਨਾਂ ਕੋਲ ਹੀ ਹੁੰਦੀ ਆ, ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਛ, ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ। ਮੈਂ ਤਾਂ ਕਦੇ 10 ਦਿਨ ਬਾਅਦ ਗੇੜਾ ਮਾਰਦਾ। ਇਹਨਾਂ ਦਾ ਘਰ ਤਾਂ? ਇਹਨਾਂ ਦਾ ਘਰ ਕਿੱਥੇ? ਇਹ ਹੈ ਗੁਰੂਗੜ੍ਹ ਤੋਂ, ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ, ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ। ਠੀਕ। ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ, ਆਉਂਦੇ ਜਾਂਦੇ ਰਹਿੰਦੇ ਨੇ। ਇੱਥੇ ਤੁਸੀਂ ਗੇੜਾ ਮਾਰਨ ਆਏ ਸੀ? ਨਹੀਂ, ਮੈਂ ਨਹੀਂ ਆਇਆ ਵੀਰੇ, ਇਹਨਾਂ ਦਾ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ, ਉਹਦਾ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ। ਮਖਾਂ ਮੈਂ ਘਰੇ ਆ, ਮੈਂ ਕੀ ਗੱਲ ਹੋ ਗਈ? ਉਹ ਕਹਿੰਦਾ ਪਲਾਟ 'ਚ ਆ ਜਾ ਵੀ, ਇੱਦਾਂ ਇੱਦਾਂ ਗੱਲ ਹੋ ਗਈ। ਮੈਂ ਫਿਰ ਆ ਗਿਆ ਜੀ। ਕੋਈ ਹੋਰ ਗੱਲਬਾਤ ਤਾਂ ਨਹੀਂ ਕੋਈ ਇਹਨਾਂ ਦਾ? ਨਹੀਂ ਨਹੀਂ, ਹੋਰ ਕੋਈ ਗੱਲਬਾਤ? ਹਾਂ, ਸਾਨੂੰ ਇਤਲਾਹ ਮਿਲੀ ਸੀ ਵੀ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ, ਪਿੱਛੋਂ ਬਿਹਾਰ ਦੇ ਨੇ, ਵੀ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ। ਅਸੀਂ ਪਹੁੰਚੇ ਮੌਕੇ 'ਤੇ, ਮੌਕੇ 'ਤੇ ਡੈੱਡ ਬੋਡੀਆਂ ਅਸੀਂ ਪਹੁੰਚਾ ਰਹੇ ਹਾਂ ਸਰਕਾਰੀ ਹਸਪਤਾਲ 'ਚ, ਅਤੇ ਇਹਨਾਂ ਦੇ ਘਰਦਿਆਂ ਨਾਲ ਥੋੜ੍ਹੀ ਬਹੁਤੀ ਗੱਲਬਾਤ ਹੋਈ ਆ, ਅਤੇ ਬਾਕੀ ਇਹਨਾਂ ਨਾਲ ਪੋਸਟਮਾਰਟਮ ਕਰਾਵਾਂਗੇ, ਇਹਨਾਂ ਦੇ ਪੇਰੈਂਟਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ। ਪਤਾ ਸਰ ਕੀ ਵੀ ਕੁਛ ਡੈੱਡ ਬੋਡੀ ਵਿੱਚ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਦੀ ਡੈੱਥ ਕਿੱਦਾਂ ਹੋਈ ਹੈ? ਨਹੀਂ, ਹਾਲੇ ਕੁਛ ਨਹੀਂ ਕਿਹਾ ਜਾ ਸਕਦਾ ਜੀ। ਘਰਦਿਆਂ ਤੋਂ ਮਾੜਾ ਮੋਟਾ ਵੈਰੀਫਾਈ ਕੀਤਾ ਸੀ, ਉਹ ਕਹਿੰਦੇ ਸ਼ਰਾਬ ਸ਼ਰੂਬ ਪੀਂਦੇ ਸੀਗੇ, ਹੋਰ ਕੋਈ ਨਸ਼ਾ ਨਹੀਂ ਸੀ ਕਰਦੇ। ਹਾਂਜੀ ਹਾਂਜੀ। ਅਤੇ ਕੀ ਨਾਮ ਨੇ ਜੀ ਇਹਨਾਂ ਦੇ ਜੀ? ਇੱਕ ਦਿਨ ਉਹ ਦੀਪੂ ਹੈ, ਇੱਕ ਦਿਨ ਉਹ ਵਿਜੇ ਆ। ਠੀਕ ਆ ਜੀ। ਇਹ ਮਾਛੜ ਦੇ ਰਹਿਣ ਵਾਲੇ ਨੇ ਜੀ? ਨਹੀਂ, ਇਹ ਪਿੱਛੋਂ ਬਿਹਾਰ ਦੇ ਨੇ, ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ, ਸੇਵਾ ਕੰਪ ਫੈਕਟਰੀ 'ਚ ਲੱਗੇ ਹੋਏ ਜੀ। ਠੀਕ। ਮੈਂ ਡਾਕਟਰ ਹਰਪ੍ਰੀਤ ਜੀ, SDS ਮਰਾਲਾ। ਡਾਕਟਰ ਸਾਹਿਬ, ਇੱਕ ਦੋ ਡੈੱਡ ਬੋਡੀਆਂ ਆਈਆਂ ਨੇ, ਕਿਵੇਂ ਦੇ ਹਾਲਾਤ ਸੀਗੇ ਉਹਨਾਂ ਦੇ, ਕੀ ਨਾਮ ਆ ਅਤੇ ਕਿਹੜੇ ਲੱਗਦਾ? ਹਾਂਜੀ, ਇਹ ਦੋ ਡੈੱਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ, ਉਦੋਂ ਅਧੀਨ PS ਮਾਛੀਵਾੜਾ। ਇੱਕ ਜਿਹੜਾ ਹੈਗਾ ਮਰੀਜ਼, ਉਹਦਾ ਨਾਮ ਹੈਗਾ ਦੀਪੂ ਸਨ ਆਫ ਸੁਲੱਖਣ, ਅਤੇ ਦੂਸਰਾ ਹੈਗਾ ਵਿਜੇ ਕੁਮਾਰ ਸਨ ਆਫ ਰਜਿੰਦਰ ਮਾਤੋ। ਇਹ 25 ਸਾਲ ਦੀ ਏਜ ਹੈ ਇਹਨਾਂ ਦੀ, ਅਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬੋਡੀਆਂ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲ ਇਹ, ਅਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ, ਮਤਲਬ ਕਿ ਇਕੱਠੀਆਂ ਸੀਗੀਆਂ, ਇੱਕੋ ਮਤਲਬ ਕਿ ਬੈੱਡ 'ਤੇ ਸੀਗੀਆਂ ਡੈੱਡ ਬੋਡੀਜ਼ ਮਿਲੀਆਂ, ਅਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ। ਮਤਲਬ ਕਿ ਆਮ ਤੌਰ 'ਤੇ ਇਹ ਕੋਈ ਵੀ ਪੋਇਜ਼ਨਿੰਗ ਦੇ ਵਿੱਚ ਜਿਹੜੀ ਝੱਗ ਆ, ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪੋਇਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ, ਉਹਨਾਂ ਸਾਰੀਆਂ ਦੇ ਵਿੱਚ ਝੱਗ ਵੀ ਆ ਜਾਂਦੀ ਹੈ, ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ। ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਤੋਂ ਬਾਅਦ 'ਚ ਪਤਾ ਲੱਗ ਜੂਗੀ ਪੋਸਟਮਾਰਟਮ ਦੇ। ਪਤਾ ਲੱਗ ਰਿਹਾ ਵੀ ਕਦੋਂ ਹੋਈ ਹੋਊਗੀ ਡੈਥ ਇਹਨਾਂ ਦੀ? ਨਹੀਂ, ਇਹ ਪੋਸਟਮਾਰਟਮ ਤੋਂ ਹਲੇ ਨਹੀਂ ਇਹਨਾਂ ਦਾ ਕੁਛ ਕਹਿ ਸਕਦੇ, ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ। ਅਤੇ ਪੋਸਟਮਾਰਟਮ ਗਲਤ ਕਹੂਗੇ? ਹਾਂਜੀ ਹਾਂਜੀ, ਗਲਤ ਕਹੂਗਾ।